ਨਾਨੀਆਂ ਤਾਂ ਬੁੜੀਆਂ ਹੀ ਬਹੁਤ ਕੱਬੀਆਂ ਨੇ ਯਾਰ, ਭਾਰੀ ਜੀ ਆਉਣ ਲੱਗ ਪਈ ਰਸਤੇ, ਬਹੁਤ ਡਰਾਵਨਾ ਹੈ। ਕੀ ਮੰਗਵਾ ਲਿਆ ਯਾਰ, ਚੱਲੇ ਨੇ ਜਾਂ ਖੁਦ ਡਿਨਰ ਬਣਨ ਚੱਲੇ ਨੇ? ਬਹੁਤ ਸੋਹਣਾ ਫੋਟੋਗ੍ਰਾਫਰ ਮੈਂ, ਤੈਨੂੰ ਪਤਾ ਇਹ ਬੜੀ ਅੱਛੀ ਬਾਤ ਕਹੀ ਆ। ਮੈਸੇਜ ਆਇਆ ਵੀ ਤੁਹਾਡਾ ਸਕਿਨ ਕੇਅਰ ਰੁਟੀਨ ਕੀ ਹੈ? ਮੈਂ ਯਾਰ ਹੁਣ ਹੈਲਮਟ ਗਿੱਲੇ ਮਿਲ ਗਏ ਆਪਾਂ ਨੂੰ, ਇਹਨਾਂ ਨੇ ਬਾਹਰ ਰੱਖਤੇ ਸੀ, ਕੱਲ ਮੀਂਹ ਆ ਗਿਆ, ਹੈਲਮਟ ਗਿੱਲੇ ਹੋ ਗਏ ਹੈਗੇ ਨੇ। ਭਾਈ ਦਿਖਾਇਆ ਜੇ, ਯਾਰ ਆਹ ਤਾਂ ਬਹੁਤ ਵਧੀਆ ਭਾਈ ਤੁਹਾਡੇ ਕੋਲ। ਟੈਕਸੀ ਤੇ ਬਹੁਤ ਟਾਈਮ ਲੱਗਦਾ, ਤੂੰ ਜਾਣਦੇ ਨਾ ਬਹੁਤ ਜ਼ਿਆਦਾ। ਅੱਜ ਮੌਸਮ ਅੱਛਾ ਹੈ, ਉਹਦੇ ਕਰਕੇ ਨਾ ਮਤਲਬ ਬੋਲਿਆ ਵੀ ਜਾ ਰਿਹਾ, ਕਿਉਂਕਿ ਗਰਮੀ 'ਚ ਤਾਂ ਬੰਦਾ ਇੰਨਾ ਬੁਰਾ ਹਾਲ ਹੋ ਜਾਂਦਾ ਨਾ, ਨਾ ਵਲੌਗ ਸ਼ੂਟ ਕਰਨ ਦਾ ਮਨ ਕਰਦਾ ਨਾ ਬੋਲਿਆ ਜਾਂਦਾ। ਅਤੇ ਆਪਾਂ ਇੱਥੇ ਪੀਣੀ ਹੈ ਕੌਫੀ, ਉਹ ਦੇਖੋ ਜਿਹੜੀਆਂ ਪੀਂਦੇ ਨੇ ਹੁਣ, ਮੈਨੂੰ ਲੱਗਦਾ ਨਹੀਂ ਪੀਣ ਕੇ ਫਿਰ ਆਏ ਆ ਇੱਥੇ ਕਿਤੇ ਦੇਖਣ, ਦੇਖਦੇ ਆ ਸ਼ਾਇਦ ਮਿਲ ਹੀ ਜਾਵੇ ਕਿਤੇ। ਓਹੋ ਇਹ ਵੀ ਕਲੋਜ਼ਡ ਨੇ ਇੱਥੋਂ ਵੀ ਨੀ ਮਿਲੀ, ਹੁਣ ਅਸੀਂ ਫੇਰ ਉਧਰ ਨੂੰ ਜਾ ਰਹੇ ਹਾਂ। ਉਮੀਦ ਨੀ ਹੈਗੀ ਮਿਲਣ ਦੀ ਮੈਨੂੰ, ਇਹਨਾਂ ਨੂੰ ਚਾਹੀਦੀ ਮਸ਼ੀਨ ਵਾਲੀ ਕੌਫੀ। ਅੱਜ ਨਾ ਅੱਜ ਸਾਡੇ ਯਾਰ ਹੈਲਮਟ ਜਿਹੜੇ ਅਸੀਂ ਰਾਤ ਨੂੰ ਰੱਖੇ ਨਾ ਐਕਟਿਵਾ ਸਕੂਟਰੀ ਤੇ ਰੱਖ ਗਏ ਸੀ, ਉਹ ਸਾਰੇ ਮੀਂਹ ਚ ਭਿੱਜ ਗਏ, ਹੁਣ ਆ ਗੰਦੇ ਜਿਹੇ ਹੈਲਮਟ ਮਿਲ ਗਏ ਵਾਰੀ ਵਾਰੀ। ਆਪ ਮੇਰਾ ਅੱਜ ਠੀਕ ਆ, ਫਿਰ ਵੀ ਵਾਈਜ਼ਰ ਤਾਂ ਨਹੀਂ ਹੈਗਾ ਲੇਕਿਨ ਫਿਰ ਵੀ ਠੀਕ ਆ।
ਨਵੀਂ ਦੀਵਾਲ ਦੇਖੋ ਕਿਵੇਂ ਦੇ ਹੋ ਗਏ ਲੁਕਿੰਗ ਕੂਲ ਮੋਟੀ ਪਿੱਛੇ ਦੇਖਦੇ ਆ ਯੂ ਆਰ ਆਲਸੋ ਕੂਲ ਯਾ ਯਾ ਬੋਲੋ ਯੂ ਆਰ ਨਾਈਸ ਯਾ ਮੈਂ ਯਾ ਯਾ ਮੋਕੇ ਦੇ ਤੁਸੀਂ ਤਾਂ ਪਾਰਕ ਨਹੀਂ ਨਹੀਂ ਫਿਰ ਪਾਰਕ ਕਿੱਥੇ ਕਰਨੀ ਆਪਾਂ ਕੀ ਪਤਾ ਉਹ ਦੱਸ ਦੇ ਨਹੀਂ ਉਹਨਾਂ ਦੇ ਆਪਾਂ ਘਰ ਦੇ ਬਾਹਰ ਪਾਰਕ ਕੀਤੀ ਮੈਂ ਦੁਕਾਨ ਦੇ ਬਾਹਰ ਦੇਖੋ ਤੁਸੀਂ ਗਾਈਸ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਕਹਿੰਦੇ ਕਿ ਪੁਲਿਸ ਨੂੰ ਪ੍ਰੋਬਲਮ ਹੁੰਦੀ ਆ ਮਤਲਬ ਪੁਲਿਸ ਨੂੰ ਨਹੀਂ 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 ਪੁਲਿਸ ਆਪਣੇ ਕੋਲ ਤਾਂ ਵੈਸੇ ਇੰਟਰਨੈਸ਼ਨਲ ਲਾਇਸੈਂਸ ਨਹੀਂ ਹੈਗਾ ਤੁਹਾਨੂੰ ਤਾਂ ਸਾਈਦਾ ਉਹ ਡਾਟਾ ਅੰਦਰ ਆਜੋ ਸਮਝ ਰਹੇ ਹੋ ਸਮਝ ਰਹੇ ਹੋ ਕਿੱਥੇ ਲੋਣੀ ਹੈ ਤਾਂ ਹੀ ਨਹੀਂ ਕਿਤੇ ਲਾਣ ਦੇ ਕਿਵੇਂ ਕਰ ਰਹੀ ਆ ਮੈਂ ਬਹੁਤ ਲੜਦੇ ਨੇ ਇਹਨਾਂ ਦੀਆਂ ਤਾਂ ਬੁੜੀਆਂ ਹੀ ਬਹੁਤ ਕੱਬੀਆਂ ਨੇ ਯਾਰ ਮੈਂ ਮੈਨੂੰ ਸਾਨੂੰ ਕਹਿੰਦੇ ਵੀ ਜੇ ਤੁਸੀਂ ਚੀਜ਼ ਨੂੰ ਹੱਥ ਲਾ ਦੀ ਤੇ 200 ਬਾਤ ਦਿਓ ਤੇ ਲੈ ਕੇ ਜਾਓ ਮੈਂ ਕਿਹਾ ਵੀ ਸਾਡੇ ਕੋਲ ਨਹੀਂ ਹੈਗੇ ਮੈਂ ਕਿਹਾ ਵੀ ਸਾਡੇ ਕੋਲ ਨਹੀਂ 200 ਬਾਤ ਹੈਗੇ ਜੋ ਮਰਜ਼ੀ ਕਰ ਲਾ ਤੇ ਗੋ ਦੈਨ ਕਮਾਲ ਦੇ ਬੰਦੇ ਨੇ ਹੁਣ ਨਾਲੇ ਬੁੱਢੀਆਂ ਨੇ ਦੰਦ ਵਿਖਾਉਂਦੀਆਂ ਅੱਗੋਂ ਜੀਜਾ ਕਿੱਥੇ ਆ ਹੋਰ ਕੋਈ ਨੀ ਕਰ ਸਕਦਾ ਸੀ ਮੈਂ ਕਰਦਾ ਹੁੰਦਾ ਤਾਂ ਆਈ ਵੁੱਡ ਹੈਵ ਗੋਟ ਐਂਗਰੀ ਦੇਖੋ ਕੈਫੇ
ਆਪਾਂ ਨਾ ਆਈਟਨਰੀ 'ਚ ਪਲੈਨ ਕੀਤਾ ਸੀ, ਆਪਾਂ ਸੋਚਿਆ ਸੀ ਵੀ ਜਾਵਾਂਗੇ ਕਿਸੇ ਦਿਨ ਇੱਥੇ ਵੀ, ਪਰ ਆਪਾਂ ਨੂੰ ਨਹੀਂ ਪਤਾ ਸੀ ਵੀ ਇੱਥੇ ਆ ਓਲਡ ਫੋਕੇਟ ਟਾਊਨ 'ਚ, ਬਹੁਤ ਸੋਹਣਾ। ਜਿਵੇਂ ਜਿਵੇਂ ਰਾਤ ਹੁੰਦੀ ਪਈ ਹੈ ਨਾ, ਉਵੇਂ ਉਵੇਂ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਓਲਡ ਫੋਕੇਟ ਟਾਊਨ। ਲਾਈਟਸ ਬਹੁਤ ਸੋਹਣੀਆਂ ਨੇ, ਕਲਰਫੁੱਲ 'ਚ ਹੈ ਵੈਸੇ ਵੀ। ਗੋਲਗੱਪੇ ਕਿਵੇਂ ਗਾਈਸ? ਬਹੁਤ ਹੀ ਯਾਮੀ ਗੋਲਗੱਪੇ ਆ ਗਾਈਸ, ਇਹਦੇ ਵਿਜ਼ਿਟ ਜ਼ਰੂਰ ਕਰਿਓ। ਬਹੁਤ ਟੇਸਟੀ ਗੋਲਗੱਪੇ ਗਾਈਸ, ਬਹੁਤ ਜ਼ਿਆਦਾ। ਪਰ ਮੈਨੂੰ ਗੋਲਗੱਪੇ 5 ਪਾਣੀ ਵਾਲੇ ਪਸੰਦ ਨੇ, ਤੁਸੀਂ ਮੈਨੂੰ ਦੱਸਣਾ ਵੀ ਤੁਹਾਨੂੰ ਕਿਹੜੇ ਕਿਹੜੇ ਪਸੰਦ ਨੇ। ਇਸ ਹੈਟ ਦੇਖੋ ਕਿੱਡੀ ਵੱਡੀ ਹੈ, ਤੂੰ ਮੈਨੂੰ ਆਪਾਂ ਇਹ ਹੈਟ ਲੈ ਕੇ ਦੇਣੀ, ਮੰਮੀ ਕਿਹੜੇ ਹੈਟ ਪਾ ਕੇ ਤੁਹਾਨੂੰ ਵਧੀਆ ਲੱਗੇਗੀ। ਅਰਮਨ ਸੁੰਦਰ ਕੱਪੜਾ ਸੀ, ਪਰ ਸੁੰਦਰ ਲੱਗਦਾ ਨਾ, ਸੁੰਦਰ ਹੈ ਇਹ ਤਾਂ, ਸੁੰਦਰ ਹੈ ਸ਼ੀਸ਼ਾ ਨਹੀਂ ਹੈਗਾ, ਇਹ ਵੀ ਨਹੀਂ ਸੁੰਦਰ, ਪਰ ਸੁੰਦਰ ਹੈ ਮੋਰੇ ਤੇਰੀ ਤਾਂ ਆਪਣਾ ਆਪਣੀ। 1 ਮਿੰਟ ਗਾਈਸ, 1 ਮਿੰਟ ਇਧਰ ਵੇਖਿਓ ਮੜਾ ਜਿਆ, ਵੇਖਿਓ ਬਾਲਾ ਜਿਹੜਾ ਸੁੰਦਰ ਲੱਗ ਰਿਹਾ, ਇਧਰ ਵੇਖਿਓ ਮੜਾ ਗਾਈਸ। ਹੁਣ ਗਾਈਸ ਇਹਨਾਂ ਦੀਆਂ ਚੱਪਲਾਂ ਲੱਗ ਹੋਈਆਂ ਨੇ, ਕਿਉਂਕਿ ਬਹੁਤ ਜ਼ਿਆਦਾ ਹੀ ਸੋਹਣੀਆਂ। ਆਈ ਵਾਂਟ ਦਿਸ, ਇਹਦਾ ਸੁੰਦਰ ਹੈ, ਇਹਦਾ ਸੋਹਣਾ ਹੈ ਗਾਈਸ, ਦੇਖੋ ਇਹਨੂੰ ਬੜਾ ਪਿਆਰਾ ਲੱਗਾ, ਇਟਸ ਕਿਊਟ ਹੈ ਨਾ, ਬਹੁਤ ਜ਼ਿਆਦਾ ਸੋਹਣਾ। ਹਾਂ ਤਾਂ ਵੀ ਕਿੰਦਾ ਲੱਗ ਰਿਹਾ ਹੈ ਜੀ, ਸਿਸਟਮ ਕਿਹੜੇ ਬਹੁਤ ਜ਼ਿਆਦਾ ਵਧੀਆ ਨੇ ਇਹਨਾਂ ਕੋ ਬੈਗ। ਇਹ ਕੀ ਭਾਈ, ਡਿਨਰ ਕਰਨ ਚੱਲੇ ਨੇ ਜਾਂ ਖੁਦ ਡਿਨਰ ਬਣਨ ਚੱਲੇ ਨੇ, ਮੈਨੂੰ ਸਮਝ ਨਹੀਂ ਆਉਂਦੀ, ਇੰਨਾ ਡਰਾਵਨਾ ਹੈ। ਫੋਰੈਸਟ ਵਿੱਚ ਕੈਫੇ ਬਣਿਆ ਹੋਇਆ, ਅੰਦਰ ਲੈ ਕੇ ਚੱਲਦੇ ਦਿਖਾਓ, ਆ ਜਾਓ। ਜੇ ਟੇਬਲ ਬੁੱਕ ਕਰਾਉਣਾ ਤਾਂ 1 ਦਿਨ ਪਹਿਲਾਂ ਬੁੱਕ ਕਰਾਉਣਾ ਪੈਂਦਾ, ਤੇ ਤੁਸੀਂ ਆ ਜਾਓ ਨਾਲ, ਬਹੁਤ ਸੋਹਣਾ ਦੇਖੇ, ਆ ਜਾਓ ਆ ਜਾਓ ਬਾਈ, ਆ ਜਾਓ, ਬਹੁਤ ਸੋਹਣਾ ਹੈ। ਇੱਦਾਂ ਹੀ ਲੱਗ ਰਿਹਾ ਤੁਹਾਨੂੰ ਡ੍ਰੀਮਲੈਂਡ, ਰੀਲਸ ਬਣਾਵਾਂਗੀ ਗਾਈਸ, ਤੁਸੀਂ ਮੇਰੇ ਇੰਸਟਾ ਤੇ ਜਰੂਰ ਚੈੱਕ ਕਰਿਓ, ਡ੍ਰੀਮਲੈਂਡ ਲੱਗ ਰਿਹਾ ਤੁਹਾਨੂੰ, ਬਹੁਤ ਸੋਹਣਾ, ਡ੍ਰੀਮੀ ਡ੍ਰੀਮੀ ਕੈਫੇ। ਓਏ ਯਾਰ, ਓਪਨ ਵਿੱਚ ਸਾਰੇ ਬੈਠ ਕੇ ਖਾ ਰਹੇ ਨੇ, ਤੇ ਇੱਥੇ ਸ਼ੂਜ਼ ਉਤਾਰਨੇ ਪੈਂਦੇ ਨੇ ਜੇ ਆਪਾਂ ਨੂੰ ਅੰਦਰ ਟੇਬਲ ਤੇ ਜਾਣਾ, ਤੁਸੀਂ ਦੇਖ ਸਕਦੇ ਜੇ। ਉਹ ਫੂਡ ਆ ਚੁੱਕਿਆ ਗਾਈਸ, ਇਹਨਾਂ ਨੇ ਕੀ ਮੰਗਾਇਆ, ਇਹ ਕਿਊਟੀ ਹੈ, ਇਹ ਹੈਗਾ ਮੈਂਗੋ ਪਲਸ, ਇਹ ਕੋਕਨਟ ਵਾਟਰ ਮੰਗਾਇਆ ਕਿਉਂਕਿ ਮੈਂ ਖਾ ਤਾਂ ਕੁਛ ਕਰਦੀ ਨਹੀਂ, ਗਲੂਟਨ ਫ੍ਰੀ ਆਪਸ਼ਨਸ ਨਹੀਂ ਹੈਗੇ। ਮੈਂ ਮੰਗਾਇਆ ਬਨਾਨਾ ਚੋਕੋ ਚਿਪ, ਲੋਕ ਗਾਈਸ ਮੈਂ ਪਤਾ ਨਹੀਂ ਕੀ ਮੰਗਵਾ ਲਿਆ ਯਾਰ, ਮੈਂ ਸੋਚਿਆ ਸੀ ਵੀ ਸ਼ਾਇਦ ਛੋਟਾ ਫੂਡ ਚਿਕਨ ਹੋਏਗਾ, ਪਰ ਅਸੀਂ ਬਹੁਤ ਕਲੋਜ਼ ਅਪ ਕਰਕੇ ਦੇਖੋ, ਇਹ ਤਾਂ ਪੂਰਾ ਮੁਰਗਾ ਰੱਖ ਕੇ ਮੇਰੇ ਕੋਲ ਆ ਗਿਆ। ਇਹ ਭਾਜੀ ਨੇ ਮੰਗਾਇਆ, ਇਹ ਫਿਸ਼ ਹੈ, ਤੇ ਬਾਕੀ ਸਾਰਾ ਤੁਸੀਂ ਫੂਡ ਦੇਖ ਲਓ, ਬਹੁਤ ਸੋਹਣਾ। ਪਰ ਆਹ ਖਾਣਾ ਸਭ ਤੋਂ ਬਹੁਤ ਪਿਆਰੀ ਆ ਗਈ ਮੇਰੇ ਕੋਲ,
ਗਾਇਸ ਤੁਹਾਨੂੰ ਕਿਵੇਂ ਲੱਗਾ ਖਾਣਾ? ਬਹੁਤ ਹੀ ਵਧੀਆ, ਬਹੁਤ ਘੈਂਟ ਸੀ, ਤੁਸੀਂ ਵੇਖ ਸਕਦੇ ਜੀ। ਆਹ ਚਿਕਨ ਜਿਹੜਾ ਤੁਸੀਂ ਵੇਖਿਆ ਹੋ ਗਿਆ ਸਾਰਾ ਕਲਰ। ਸੁਖਮਨ ਕਿਵੇਂ ਆ? ਬਹੁਤ ਜ਼ਿਆਦਾ ਸੋਹਣਾ, ਜਿੰਨਾ ਸੋਚਿਆ ਸੀ ਉਦੋਂ ਬਹੁਤ ਜ਼ਿਆਦਾ ਸੋਹਣਾ। ਅੱਜ ਤੱਕ ਹੁਣ ਆਪਾਂ ਨੂੰ 3 ਦਿਨ ਹੋ ਗਏ ਨੇ ਇੱਥੇ ਆਏ ਨੂੰ, 3 ਦਿਨ ਲਗਾਤਾਰ ਆਪਾਂ ਮਤਲਬ ਕੁਛ ਬਾਹਰੋਂ ਕਦੀ ਖਾ ਰਹੇ। ਬ੍ਰੇਕਫਾਸਟ ਤਾਂ ਆਪਣਾ ਹੋਟਲ 'ਚ ਹੀ ਹੁੰਦਾ ਅਤੇ ਡਿਨਰ ਅਤੇ ਲੰਚ ਆਪਾਂ ਬਾਹਰੋਂ ਖਾ ਰਹੇ ਹਾਂ, ਪਰ ਇਹ ਮੇਰੇ ਹਿਸਾਬ ਨਾਲ ਅੱਜ ਤੱਕ ਦਾ ਜਿੰਨੇ ਦਿਨ ਹੋਏ ਨੇ ਬੈਸਟ ਕੈਫੇ ਆ, ਬੈਸਟ। ਮਤਲਬ ਐਂਬੀਅੰਸ ਅਤੇ ਵਾਈਬ ਇੰਨੀ ਜ਼ਿਆਦਾ ਵਧੀਆ ਯਾਰ, ਉੱਪਰ ਟੈਰਸ 'ਚ ਆ ਅਤੇ ਸਭ ਤੋਂ ਵੱਡੀ ਗੱਲ ਆ ਕਿ ਤੁਹਾਡੇ ਕੋਲ ਆਪਸ਼ਨਸ ਬਹੁਤ ਨੇ ਖਾਣੇ ਦੀਆਂ, ਮਤਲਬ ਹਰੇਕ ਸਾਈਡ 'ਤੇ ਡਿਫਰੈਂਟ ਮੈਨਿਊ ਆ, ਹਰੇਕ ਸਾਈਡ 'ਤੇ ਇੰਨੀਆਂ ਆਪਸ਼ਨਸ ਨੇ ਤੁਹਾਡੇ ਕੋਲ, ਤੁਸੀਂ ਜੋ ਮਰਜ਼ੀ ਖਾ ਸਕਦੇ ਅਤੇ ਬਹੁਤ ਯਮ ਫੂਡ ਆ। ਇੱਧਰ ਵੀ ਦਿਖਾਉਣਾ, ਬਹੁਤ ਸੋਹਣਾ ਬਹੁਤ ਸੋਹਣਾ। ਸ਼ੇਅਰ ਵੀ ਜ਼ਰੂਰ ਕਰਿਓ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ। ਗੁੱਡ ਬਾਏ ਗਾਈਜ਼, ਸੀ ਯੂ ਨੈਕਸਟ ਵਲੌਗ, ਬਾਏ।